हाँ जी, हेलो बच्चों जी, आ गया अभ्यास नंबर 1.3 ਦੇ ਉੱਤੇ ਤੁਹਾਡੇ ਕੋਲ। ਠੀਕ ਹੈ, ਕਹਿੰਦਾ ਹੇਠ ਲਿਖੀਆਂ ਭਿੰਨਾਂ ਨੂੰ ਦਸ਼ਮਲਵ ਰੂਪ ਵਿੱਚ ਲਿਖੋ ਅਤੇ ਦੱਸੋ ਹਰੇਕ ਦਸ਼ਮਲਵ ਦਾ ਵਿਸਤਾਰ ਕਿਸ ਤਰ੍ਹਾਂ ਦਾ ਹੈ। ਯਾਨੀ ਕਿ ਸ਼ਾਂਤ ਦੱਸਣਾ ਹੈਗਾ ਤੁਹਾਡੇ ਪਾਸ, ਤੇ ਜਿਹੜਾ ਹੈਗਾ ਹੈ ਸ਼ਾਂਤ ਹੈ ਕਿ ਆਸ਼ਾਂਤ ਹੈ ਉਹ ਆਪਾਂ ਹੁਣੇ ਦੇਖ ਲੈਂਦੇ ਹਾਂ। ਤੋ ਜਿਹੜਾ 36 ਹੈ, 36 ਦਾ ਤਾਂ ਸਿੱਧਾ 2 ਛੱਡ ਕੇ ਲੱਗ ਜਾਣਾ ਤੇ ਇਹ ਬਣ ਚੁੱਕਾ 0.36। ਹੁਣ ਜਦੋਂ 0.36 ਲੱਗ ਗਿਆ ਤੁਹਾਡੇ ਕੋਲ, ਠੀਕ ਹੈ, ਤੇ ਖਤਮ ਹੋ ਗਿਆ, ਅੱਗੇ ਤਾਂ ਗਿਆ ਨਹੀਂ, ਤੇ ਇਹਨੂੰ ਆਪਾਂ ਸ਼ਾਂਤ ਕਹਿੰਦੇ ਆ। ਸ਼ਾਂਤ ਮੈਨੇ ਕਿ ਇਹ ਖਤਮ ਹੋ ਗਿਆ ਤੁਹਾਡੇ ਕੋਲ, ਠੀਕ ਹੈ। ਇੰਗਲਿਸ਼ ਚ ਕਹਿੰਦੇ ਆ ਟਰਮੀਨੇਟਿੰਗ, TERMI ਟਰਮੀਨੇਟਿੰਗ, ਠੀਕ ਹੈ ਜੀ। ਸੋ ਇਹ ਤੁਹਾਡਾ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਹੋ ਗਈ ਤੁਹਾਡੇ ਕੋਲ, ਠੀਕ ਹੈ ਜੀ। ਇਹਦਾ ਸਿੱਧਾ ਹੀ ਸੀ ਤਾਂ ਹੋ ਗਿਆ, ਅੱਗੇ 11 ਹੈ ਤਾਂ ਉਹ ਕਰਨਾ ਪਏਗਾ ਤੁਹਾਨੂੰ, ਠੀਕ ਹੈ। ਤਾਂ ਅੱਗੇ 1/11 ਹੈ, ਤੁਸੀਂ 1 ਨੂੰ ਅੰਦਰ ਰੱਖਿਆ, 11 ਤੇ ਭਾਗ ਦੇਣੀ ਹੈ। 11 ਦਾ ਭਾੜਾ ਕਰੋਗੇ 11 0 0, ਕਿਉਂਕਿ 1 ਤਾਂ ਜੇ 11 ਇੱਕ 11 ਤਾਂ ਹੋ ਨਹੀਂ ਸਕਦਾ, ਇੱਥੇ 1 ਆ ਗਿਆ, ਠੀਕ ਹੈ ਜੀ। 1 ਤੁਹਾਡਾ ਹੋ ਗਿਆ, ਉਰੇ ਤੱਕ ਤਾਂ ਤੁਹਾਡੀ ਸਟੋਰੀ ਮੁੱਕ ਗਈ। ਅੱਗੇ ਭਾਗ ਕਰਨੀ ਹੋਵੇ ਤਾਂ ਤੁਹਾਨੂੰ ਕੀ ਕਰਨਾ ਪਊ, ਪੁਆਇੰਟ ਲੈਣਾ ਪਊ, ਠੀਕ ਹੈ ਜੀ। ਫਿਰ ਤੁਸੀਂ ਉਰੇ 0 ਉਤਾਰ ਲੈਣੀ, ਪੁਆਇੰਟ ਲਾਇਆ, ਫਿਰ ਤੁਸੀਂ 0 ਉਤਾਰ ਲੈਣੀ ਹੈ। ਫਿਰ ਤੁਸੀਂ ਕੀ ਕਰਨਾ, 11 0 0, ਕਿਉਂਕਿ ਫਿਰ 0 ਹੀ ਚਾਹੀਦਾ, ਇੱਥੇ 10 ਆ ਗਿਆ, ਠੀਕ ਹੈ ਜੀ। ਤਾਂ ਜੇ ਇੱਥੇ 10 ਆ ਗਿਆ ਤੁਹਾਡੇ ਕੋਲ, ਹੁਣ ਆਪਾਂ ਦੇਖੀਏ ਤੁਹਾਡੇ ਕੋਲ ਵੀ ਅੱਗੇ ਕੀ ਕਰ ਰਿਹਾ ਤੁਹਾਡੇ ਕੋਲ ਇਹ। ਸੋ ਅੱਗੇ ਜਿਹੜਾ ਹੈਗਾ ਤੁਹਾਡੇ ਕੋਲ, ਅੱਗੇ ਫਿਰ ਤੁਸੀਂ ਜਿਹੜਾ ਹੈਗਾ ਆ ਚੀਜ਼ ਹੋ ਗਈ, ਹੁਣ 0 0 ਬਸ ਆਪੇ ਆਈ ਜਾਣੀਆਂ ਨੇ ਤੁਹਾਡੇ ਕੋਲ। ਸੋ ਇਹ 10 ਆ ਗਿਆ, ਇੱਕ ਵਾਰ ਪੁਆਇੰਟ ਲੱਗ ਗਿਆ, ਹੁਣੇ 0 ਉਤਾਰਤੇ ਤੁਸੀਂ, ਤਾਂ 11 9 99 ਆ ਗਿਆ। ਜਦੋਂ 99 ਆ ਗਿਆ ਤਾਂ 1 ਡਿਫਰੈਂਸ ਲੈ ਕੇ ਆ ਗਿਆ, 0 ਜਿਹੜੀ ਹੈਗੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਤੋ ਤੁਸੀਂ ਆ ਚੀਜ਼ ਕਰ ਲਈ ਜੀ, ਉੱਥੇ 1 ਆ ਗਿਆ, 0 ਤੁਹਾਡੀ ਫਿਰ ਆ ਜਾਣੀ ਹੈ, ਠੀਕ ਹੈ। ਹੁਣ ਪੁਆਇੰਟ ਨਹੀਂ ਲੱਗਣਾ, ਹੁਣ ਸਿੱਧੀਆਂ 0 ਜਿੰਨੇ ਮਰਜ਼ੀ ਤਾਰੀ ਚੱਲੋ। ਤੋ 11 0 0 ਇੱਥੇ 0 ਹੋ ਗਿਆ, ਫਿਰ ਇੱਥੇ 100 ਆ ਗਿਆ, ਫਿਰ ਤੁਸੀਂ 11 9 99 ਕਰਤਾ, ਫਿਰ 99, ਫਿਰ 1 ਆ ਗਿਆ। ਆ ਸਾਰਾ ਕੁਝ ਮੁੜ ਮੁੜ 1 ਆਈ ਜਾਂਦਾ, ਰਿਪੀਟ ਹੋਈ ਜਾਂਦਾ। ਤੋ ਜਿਹੜਾ ਤੁਹਾਡਾ ਆਨਸਰ ਹੈ ਇਹਦਾ 0 9 ਆਏਗਾ ਤੁਹਾਡੇ ਕੋਲ, ਉਸ ਤੋਂ ਬਾਅਦ ਫਿਰ ਅੱਗੇ ਵੀ 0 9 ਆਏਗਾ, ਅੱਗੇ ਵੀ 0 9 ਆਏਗਾ, ਐਂਡ ਸੋ ਔਨ ਚੱਲੇ ਜਾਏਗਾ ਤੁਹਾਡੇ ਕੋਲ, ਠੀਕ ਹੈ ਜੀ। ਤਾਂ ਇਹਦਾ ਮਤਲਬ ਇਹਨੇ ਰੁਕਣਾ ਤਾਂ ਹੈ ਨਹੀਂਗਾ, ਇਹਨੂੰ ਕਹਿੰਦੇ ਅਸ਼ਾਂਤ, ਠੀਕ ਹੈ। ਸੋ ਇਹ ਅਸ਼ਾਂਤ ਹੈਗਾ ਤੁਹਾਡੇ ਕੋਲ, ਇਹਨੂੰ ਕਹਿੰਦੇ ਅਸ਼ਾਂਤ, ਤੇ ਕਿਉਂਕਿ ਸੇਮ ਚੀਜ਼ ਬਾਰ ਬਾਰ ਰਿਪੀਟ ਹੋ ਰਹੀ ਹੈ ਤਾਂ ਉਹਨੂੰ ਕਹਿੰਦੇ ਆਵਰਤੀ, ਠੀਕ ਹੈ। ਤਾਂ ਇੰਗਲਿਸ਼ ਕਹਿੰਦੇ ਰੈਕਰਿੰਗ ਡੈਸੀਮਲ, ਕਿ ਦੁਬਾਰਾ ਕਰੀ ਜਾਂਦਾ ਨਾ, ਰੈਕਰਿੰਗ ਡੈਸੀਮਲ। ਸੋ ਇਹ ਹੋ ਗਿਆ ਜੀ ਤੁਹਾਡਾ ਅਸ਼ਾਂਤ ਆਵਰਤੀ, ਠੀਕ ਹੈ। ਉਸ ਤੋਂ ਅਗਲਾ ਜਿਹੜਾ ਹੈਗਾ ਉਹ ਹੈਗਾ 4 ਸਹੀ 1/8, 8 ਚੌਕਾ 32 ਤੇ 1 33। ਪਹਿਲਾਂ ਤਾਂ ਭਿੰਨਾਂ ਭੰਨ ਲਓ, 8 ਚੌਕਾ 32 ਤੇ 1 ਜੁੜਦਾ ਹੁੰਦਾ, ਪਤਾ ਹੈ ਨਾ, ਮਿਕਸ ਫ੍ਰੈਕਸ਼ਨ ਕੱਢਣੀ। ਸੋ 33 ਨੂੰ 8 ਨਾਲ ਭਾਗ ਕਰਨਾ, ਸੋ 8 3 24, 8 ਚੌਕਾ 32, 8 ਚੌਕਾ 32 1 ਆ ਗਿਆ, ਠੀਕ ਹੈ ਜੀ। ਜਦੋਂ 1 ਆ ਗਿਆ ਤੁਹਾਡੇ ਪਾਸ, ਫਿਰ ਤੁਸੀਂ ਰਿਮਾਈਂਡਰ ਆ ਗਿਆ, ਹੁਣ ਤੁਸੀਂ 0 ਲੈਣੀ ਹੈ, ਤੁਹਾਨੂੰ ਪੁਆਇੰਟ ਲੈਣਾ ਪੈਣਾ, ਉਰੇ 0 ਲੈ ਲਈ, 8 ਇਕਮ ਤੁਸੀਂ 8 ਕਰਿਆ, ਠੀਕ ਹੈ ਜੀ। 2 ਬਚ ਗਿਆ, ਹੁਣ ਪੁਆਇੰਟ ਨਹੀਂ ਲਾਣਾ, ਬਸ 0 ਉਤਾਰੀ ਜਾਣੀ। 8 2 16 ਆ ਗਿਆ ਤੁਹਾਡਾ, 4 0 8 5 ਆ ਤੁਹਾਡਾ, 40 ਆ ਗਿਆ। ਪੂਰੀ ਦੀ ਪੂਰੀ ਰਕਮ ਕੱਟੀ ਗਈ, ਜੇ ਕੱਟੀ ਗਈ ਤਾਂ ਜਿਹੜੀ ਤੁਹਾਡੀ ਪਿੰਨ ਹੈਗੀ ਆ ਇਹ 4.125 ਦੇ ਬਰਾਬਰ ਆ ਗਈ, ਠੀਕ ਹੈ ਜੀ। ਸੋ ਇਹਨੂੰ ਟਰਮੀਨੇਟਿੰਗ ਕਹਿੰਦੇ ਨੇ, ਸ਼ਾਂਤ ਖਤਮ ਹੋ ਜਾਂਦੀ ਹੈ ਇਹ ਤੁਹਾਡੇ ਕੋਲ, ਸ਼ਾਂਤ ਇਹਨੂੰ ਟਰਮੀਨੇਟਿੰਗ ਕਹਿੰਦੇ ਨੇ। ਸੋ ਟਰਮੀਨੇਟਿੰਗ ਡੈਸੀਮਲ ਰਿਪਰੈਜ਼ੈਂਟੇਸ਼ਨ ਹੈਗੀ ਹੈ ਇਹਦੀ ਤੁਹਾਡੇ ਕੋਲ, ਠੀਕ ਹੈ ਜੀ। ਸੋ ਪਹਿਲਾ ਕੁਐਸਚਨ ਹੋ ਗਿਆ, ਦੂਜਾ ਕੁਐਸਚਨ ਹੋ ਗਿਆ ਤੁਹਾਡੇ ਕੋਲ, ਠੀਕ ਹੈ, ਤੀਜਾ ਵੀ ਹੋ ਗਿਆ। ਇੰਗਲਿਸ਼ ਵਾਲਿਆਂ ਦਾ ਨੇਮ ਮੈਂ ਨਾਲ ਲਿਖ ਰਿਹਾ, ਕੋਈ ਬਹੁਤੀ ਪੰਗੇ ਵਾਲੀ ਗੱਲ ਹੈ ਨਹੀਂ ਜੀ। ਹੁਣ 3 ਹੈ, ਇਹਨੂੰ ਭਾਗ ਕਰਨਾ ਹੈ 13 ਤੇ, ਠੀਕ ਹੈ ਜੀ। ਤੋ ਜਦੋਂ ਇਹਨੂੰ ਭਾਗ ਕਰਨਾ ਤੁਹਾਡੇ ਕੋਲ, ਠੀਕ ਹੈ, ਤੇ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ, ਹੁਣ ਆਪਾਂ ਨੇ ਠੀਕ ਹੈ ਦੇਖ ਲੈਣਾ ਹੈਗਾ ਤੁਹਾਡੇ ਕੋਲ ਕਿ ਪਹਿਲਾਂ ਤਾਂ 13 0 0 ਹੀ ਹੋਏਗਾ ਤੁਹਾਡੇ ਕੋਲ, ਸੋ ਇਹ 3 ਆ ਜਾਏਗਾ। ਫਿਰ ਤੁਸੀਂ ਉਰੇ 1 ਪੁਆਇੰਟ ਲਾਓਗੇ, ਠੀਕ ਹੋ ਗਿਆ ਜੀ। ਫਿਰ ਤੁਸੀਂ 0 ਉਤਾਰੋਗੇ, ਫਿਰ ਤੁਸੀਂ ਲਿਖੋਗੇ 13 2 26, ਸੋ 26 ਆ ਜਾਏਗਾ ਤੁਹਾਡੇ ਕੋਲ, ਤੇ ਇੱਥੇ 4 0 ਉਤਰ ਜਾਏਗੀ, 13 3 ਕੀ ਹੋਏਗਾ 39 ਹੋਏਗਾ, ਠੀਕ ਹੈ ਜੀ। 1 ਆ ਗਿਆ ਤੁਹਾਡੇ ਕੋਲ, ਫਿਰ 0 ਉਤਰ ਗਈ ਤੁਹਾਡੇ ਕੋਲ, ਠੀਕ ਹੈ ਜੀ। ਤੋ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਤੁਹਾਡੇ ਕੋਲ ਅੱਗੇ ਕਿੱਥੇ ਜਾਊਗਾ, ਫਿਰ 0 ਤੇ ਜਾਊਗਾ, ਕਿਉਂਕਿ 13 0 0 ਹੋਊਗਾ। ਸੋ ਇੱਥੇ 0, ਇੱਥੇ 1 0 ਉਤਰ ਗਈ, ਹੁਣ 13 7 91 ਜਾਊਗਾ, 91
उल्टा करी जाना जब तक तुहानू कोई पैटर्न नहीं मिलता, जब तक तुहानू पता नहीं लगता वी रिपीट सेम कर रही है कि डिफरेंट जाई जाती है। तो उस तो बाद 91 इतने 9 बज जूगा, इतने 0 उतरे आऊगी, है ना। हूँ 13 7 हो गया तुहाडे कोल, ठीक है। अगे जिहड़ा हैगा 13 7 91, 13 6 का 78 आऊगा, सो 78 आ गया। तो इतने 12 बच गया, 0 उतर गई 120, ठीक है जी। 6 उस तो बाद जिहड़ा हैगा तुहाडे कोल 9 आ गया, 13 9 117, है ना। ते 3 बच गया, ते 3 बच गया तुसी 0 उतार ली। जदों तुसी 0 उतारी 13 दूना 26, तो जिहड़ा हैगा तुहाडे कोल आ गया। उस तो बाद फिर तुसी 4 दा फर्क पा लिया, फिर 13 3 39, सो 13 3 39। हुण जे तुसी बड़े ध्यान नाल देखो तुहाडे कोल ना इह उदां हो गई, रेकरिंग हो गया तुहाडे कोल, मतलब आ जिहड़ी टर्म है ना आ बार बार आनी शुरू हो गई। इन्नी टर्म तो बाद फिर इह 2-3 आ गया, हुण तुसी उही अगे आ जूगा तुहाडे कोल। इहदा मतलब जिहड़ी तुहाडी डेसीमल एक्सपेंशन हैगी है इह रेकरिंग है, रेकरिंग उहदे आवर्ती कहांगे तुहाडे कोल, ठीक है जी। सो क्योंकि बार बार रिपीट हो रही है तुहाडे कोल, ठीक है जी। सो आवर्ती कह सकते हो तुसी इहनूं, हाँ जी। हो गया जी, रेकरिंग डेसीमल हो गई तुहाडे कोल जिहड़ी हैगी है, ठीक है। तो जिहड़ा हैगा ते इहने चली जाणा तां आ शांत होएगी तुहाडे कोल, शांत नहीं होएगी आ शांत होएगी। सो इह आ गया तुहाडे कोल, आह वाला क्वेश्चन आ गया, ठीक है जी। सो आपां अगले पार्ट ते चलीए जी, 2/11, ठीक है जी। सो 2/11 हैगा तुहाडे कोल, तां फिर कोई एड्डी लंबी चौड़ी गलबात है नहीं कि मैनूं लगदा तुहाडे कोल इह तुहाडे लई छड्ड दित्ता जावे, ठीक है। करदा चलो, 11 0 0, 2 आ गया पॉइंट ला लिया, इत्थे आ गया 11 1 11, ठीक है। 9 आ गया 0 उतार ली, 11 8 88, ठीक है। 2 आ गया 0 उतार ली, 11 1 11, ठीक है। 9 आ गया 0 आ गई, 11 8 88। तो चल पिया पैटर्न, थोनों पता लग गया 18 18 18 ही आई जाना, हूँ नहीं हटता, ठीक है जी। सो ए वाली चीज आ गई तुहाडे कोल, ए चली जाना। सो इहदा जिहड़ा आंसर आऊगा होगा 0.18, फिर 18, फिर 18। तो इदां दी जे चीज आ जाए जिहड़ा रुकदा ना होवे ना उहदे उत्ते ऐ बार पा दिंदे ने, ठीक है। जे हुण इहनूं लिखणा सीगा तां इहदे उत्ते जिन्ना पोर्शन वार वार जिहड़ा हैगा 7 6 9 इत्थे तक, फिर 2-3 दुबारा रिपीट हुंदा, इहदे ते बार पाई जा सकदी। सो फिर रिएकरिंग आ गया तुहाडे कोल, ठीक है जी। सो फिर आवर्ती आ गया जिहड़ा बार बार रिपीट करदा, ठीक है। सो इह वी होगी जी, भाग दे दित्ती तुहाडे कोल, ठीक है। आंसर पता लग गया ना, आंसर रिएकरिंग आवर्ती, ठीक है। रुकदा है नहीं, अशांत आवर्ती, ठीक है। जिवें आपां पहले ते लिखिया सी ना अशांत आवर्ती, ठीक है। तां आ वी अशांति हैगा तुहाडे कोल, कि रुकता रहा नहीं गा, नॉन टर्मिनेटिंग है, ठीक है। तो ये भी अशांत आवृत्ति होगा, तो ये थोड़ा हो गया, ठीक है। तो जो लास्ट है 329 400 ना भाग करनी है, सो 329 400 ना भाग करनी है ना, 100 ना 2 छड़ के पॉइंट लग जाता थोड़े को, ठीक है। तो आप 329 सिर्फ 4 ना भाग करके देखते हैं, 2 छड़ के पॉइंट ला देंगे जो पूरा पूरा कट्टिया गया। 4 8 32 बुरे आ गया 9, 4 2 8 और आ गया 1, ठीक है। उस तो बाद जिहड़ा हैगा आप पॉइंट ला लैने इत्थे 0, 4 2 8 2 0 4 5 20। तो जे 329 नूं 4 नाल भाग करिए तां जिहड़ा आंदा, मतलब आपां इहनूं ऐ लिख लिए 329 भाग 4 गुणा 1/100, ऐ लिख लैने। 329 नूं 4 नाल भाग करोगे ना 82.25 आंदा, 100 नाल तुसीं फिर भाग करना, 2 छड्ड के ला देना इधर, सो 82.25 आ गया जी। ए थोड़ा ए नहीं रिपीट किया, इनू असी शांत कह सकते हो, थोड़े कोल खत्म हो गया है, ठीक है जी। सो शांत अशांत आवर्ती एक तुसी सारा कुछ समझ लिया ली, पहले दे 6 दे 6 पार्ट मैं कर दिते थोड़े कोल, ठीक है जी। फटाफट तुसी की करना है, शेयर कर दो सारे जिन्ने थोड़े रिश्तेदार पढ़ने वाले हैगे तां कुछ शेयर कर दो थोड़े कोल, ठीक है जी। जे सबसक्राइब नहीं किया तो कर दियो, थैंक यू।